ਵੀਰੇ ਪਹਿਲਾਂ ਰਬੜ ਦੀਆਂ ਗੋਲੀਆਂ ਚੱਲ ਰਹੀਆਂ ਸੀ, ਅਥਰੂ ਗੈਂਸ ਦੇ ਗੋਲੇ ਸੀਗੇ, ਹੁਣ ਉਹਨਾਂ ਨੇ ਵਿੱਚ ਅਸਲੀ ਗੋਲੀਆਂ ਮਾਰਨੀਆਂ ਸਟਾਰਟ ਕਰਤੀਆਂ। ਅਸਲੀ ਤਿੰਨ ਖੋਲ ਲੈ ਗਏ ਆਏ ਆਪ ਚੱਕ ਕੇ ਮੂਰੇ ਤੋਂ। ਅਸਲੀ ਸਬੂਤ ਹੈ, ਅਸਲੀ ਗੋਲੀਆਂ ਮਾਰਨੇ ਤੇ ਆ ਗਏ ਨੇ ਅੱਜ। ਜਾਂ ਤਾਂ ਅੱਜ ਮਰ ਕੇ ਘਰੇ ਜਾਊਂਗੇ ਜਾਂ ਅੱਜ ਦਿੱਲੀ ਜਾਊਂਗੇ। ਘਰੋਂ ਨਿਕਲੇ ਹੈ ਤਾਂ ਫਤਿਹ ਹੀ ਕਰੂੰਗੇ। ਬਸ ਹੌਸਲਾ ਰੱਖੋ ਮੇਰੇ ਵੀਰੋ, ਅੱਗੇ ਜਾਈ ਜਾਓ। ਬੋਰੀਆਂ ਲੈ ਕੇ ਕਿੰਨੀਆਂ ਸਾਲਾਂ ਤੋਂ ਸਾਡਾ ਦੇਸ਼ ਆਜ਼ਾਦ ਹੈ, ਪਰ ਸਾਨੂੰ ਅੱਜ ਵੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਜਿਹੜੇ ਸਾਡੇ ਆਪਣੇ ਹੱਕ ਬਣਦੇ ਨੇ ਉਹ ਵੀ ਸਾਨੂੰ ਸਰਕਾਰਾਂ ਸਾਨੂੰ ਦੇ ਨਹੀਂ ਰਹੀਆਂ। ਸੈਂਟਰ ਸਰਕਾਰ ਨੇ ਇਹ ਮਿਥਿਆ ਹੋਇਆ ਵੀ ਪੰਜਾਬ ਜਿਹੜਾ ਹੈਗਾ ਉਹ ਹਿੰਦੁਸਤਾਨ ਦਾ ਹੀ ਹਿੱਸਾ ਨਹੀਂ ਹੈਗਾ। ਸਾਨੂੰ ਇਹ ਦੱਸਿਆ ਜਾ ਰਿਹਾ ਵੀ ਤੁਸੀਂ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਹੈਗੇ। ਲੜਨ ਵਾਲੀ ਕੌਮ ਹੈ, ਇਹਨੇ ਪਹਿਲਾਂ ਵੀ ਆਪਣੇ ਜੰਗਾਂ ਦੇ ਥਰੂ ਹੀ ਹਿੱਸੇ ਲਏ ਆ, ਆਪਣੇ ਹੱਕ ਲਏ ਆ। ਮਾੜੀ ਮੋਟੀ ਕੌਮ ਨਹੀਂ ਹੈ, ਕਾਲ ਪੁਰਖ ਦੀ ਸਾਜੀ ਹੋਈ ਕੌਮ ਹੈ। ਸਿਰ ਨੰਗ ਉਤਰ ਜਾਣ ਕੋਈ ਸਾਡੇ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਕੌਮ ਐਸੀ ਹੈ, ਇਹ ਅਣਥੱਕ ਯੋਧੇ ਨੇ, ਇਹ ਝੁਕਣ ਵਾਲੇ ਨਹੀਂ ਹੈਗੇ। ਨੌਜਵਾਨ ਅੱਗੇ ਪਹੁੰਚੇ ਨੇ ਲਗਾਤਾਰ, ਉਹਨਾਂ ਨੂੰ ਸੱਟਾਂ ਵੀ ਆਈਆਂ ਨੇ, ਜ਼ਖਮੀ ਵੀ ਹੋਏ ਨੇ ਵੀਰ, ਜਿਨ੍ਹਾਂ ਦੇ ਸੱਟ ਲੱਗੀ ਹੈ ਅੱਗੇ ਪਹੁੰਚੇ ਸੀ ਬੈਰੀਕੇਡ, ਜ਼ਖਮੀ ਹੋਏ ਨੇ, ਸੱਟ ਲੱਗੇ ਨੇ। ਵੀਰ ਜੀ ਕੀ ਸਥਿਤੀ ਹੈ? ਪਹਿਲਾਂ ਰਬੜ ਦੀਆਂ ਗੋਲੀਆਂ ਚੱਲ ਰਹੀਆਂ ਸੀ, ਅਥਰੂ ਗੈਂਸ ਦੇ ਗੋਲੇ ਸੀਗੇ, ਹੁਣ ਉਹਨਾਂ ਨੇ ਵਿੱਚ ਅਸਲੀ ਗੋਲੀਆਂ ਮਾਰਨੀਆਂ ਸਟਾਰਟ ਕਰਤੀਆਂ। ਮੈਨੂੰ ਨਹੀਂ ਪਤਾ ਮੈਨੂੰ ਇੱਥੇ ਤੱਕ ਚੱਕ ਕੇ ਕੌਣ ਲੈ ਕੇ ਆਇਆ ਹੈ। ਆਹ ਲੱਤ ਨਾਲ ਲਿਖਾ ਕੇ ਲੰਘੀਆਂ, ਮੇਰੇ ਪੱਟੀਆਂ ਪੁੱਟੀਆਂ ਕਰਕੇ ਮੈਨੂੰ ਉਰੇ ਤੱਕ ਪਹੁੰਚਾ ਦਿੱਤਿਆ। ਅਸਲੀ ਤਿੰਨ ਖੋਲ ਲੈ ਗਏ ਆਏ ਆਪ ਚੱਕ ਕੇ ਮੂਰੇ ਤੋਂ। ਉਹ ਅੱਗੇ ਗੱਡੀਆਂ 'ਚ ਬੈਠੇ ਨੇ, ਸਾਨੂੰ ਨਹੀਂ ਪਤਾ ਜਥੇਬੰਦੀਆਂ ਵਾਲੇ ਕਿਹੜੇ ਨੇ ਕਿਹੜੇ ਨਹੀਂ। ਉਹਨਾਂ ਨੇ ਆਪਣੀ ਉਹ 'ਚ ਗੱਡੀਆਂ 'ਚ ਸਾਡੇ ਤੋਂ ਵੀਡੀਓ ਬਣਾਉਣ ਦੇ ਮਾਰੇ ਲੈ ਕੇ ਰੱਖ ਲਏ ਕੋਲ। ਅਸਲੀ ਗੋਲੀਆਂ ਚੱਲ ਰਹੀਆਂ ਨੇ ਜੀ ਵਿੱਚ, ਜਦਕਿ ਇਹਨਾਂ ਨੇ ਪਹਿਲਾਂ ਰਬੜ ਦੀਆਂ ਗੋਲੀਆਂ ਮਾਰ ਰਹੇ ਸੀ, ਅਥਰੂ ਗੈਂਸ ਦੇ ਗੋਲੇ ਗਿਰ ਰਹੇ ਸੀ, ਹੁਣ ਅਸਲੀ ਗੋਲੀਆਂ ਵਿੱਚ ਮਾਰਨੀਆਂ ਸਟਾਰਟ ਕਰਤੀਆਂ ਨੇ। ਉੱਥੋਂ ਕੋਈ ਖੋਲ ਵੀ ਮਿਲੇ ਨੇ ਅਸਲੀ ਗੋਲ? ਵੀਰੇ ਅਸਲੀ ਗੋਲੀਆਂ ਦੇ ਤਿੰਨ ਖੋਲ ਮੈਂ ਆਪਣੇ ਹੱਥੀ ਚੱਕ ਕੇ ਲੈ ਕੇ ਆਇਆ, ਗੱਡੀਆਂ 'ਚ ਪਏ ਨੇ, ਆਏ ਨਹੀਂ ਪਤਾ ਹੁਣ ਕਿਹੜੀ ਗੱਡੀ 'ਚ ਪਏ ਨੇ। ਉਹ ਗੱਡੀ ਬਲੈਰੋ ਗੱਡੀ ਹੈ, ਅੱਗੇ ਖੜੀ ਹੋਈ ਹੈ, ਕਿਹੜੇ ਜਥੇਬੰਦੇ ਦੀ ਹੈ ਮੈਨੂੰ ਨਹੀਂ ਪਤਾ। ਉਹ ਖੋਲ ਉਹਨੇ ਸਬੂਤ ਲਈ ਰੱਖ ਲਏ ਨੇ, ਉਹ ਦੇਖ ਲਿਓ ਵੀਰੇ, ਅਸਲੀ ਸਬੂਤ ਹੈ, ਅਸਲੀ ਗੋਲੀਆਂ ਮਾਰਨੇ ਤੇ ਆ ਗਏ ਨੇ ਅੱਜ ਇਹ। ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ, ਜਿਹੜਾ ਟਕਰਾਅ ਦੀ ਸਥਿਤੀ ਇਸ ਵੇਲੇ ਬਣੀ ਹੋਈ ਹੈ, ਉੱਧਰ ਰੋਕਣ ਦੀ ਕੋਸ਼ਿਸ਼? ਫਤਿਹ ਕਰਕੇ ਜਾਊਂਗੇ ਜਾਂ ਤਾਂ ਅੱਜ ਮਰ ਕੇ ਘਰੇ ਜਾਊਂਗੇ ਜਾਂ ਅੱਜ ਦਿੱਲੀ ਜਾਊਂਗੇ। ਇੱਦਾਂ ਨਹੀਂ ਮੁੜਨ ਲੱਗੇ, ਹੁਣ ਘਰੋਂ ਨਿਕਲੇ ਹੈ ਤਾਂ ਫਤਿਹ ਹੀ ਕਰੂੰਗੇ, ਪਹਿਲਾਂ ਹੀ ਫਤਿਹ ਕੀਤਾ ਹੈ। ਅੱਗੋਂ ਕਿੰਨਾ ਕਰਿਆ ਗਿਆ ਹੁਣ ਬੈਰੀਕੇਡ ਜਿਹੜੇ? ਵੀਰੇ ਚੱਕ ਦੇ ਸਾਹਿਬ ਬੈਰੀ ਬੁਰੀ ਗੇਟ ਤਾਂ ਥੋੜੇ ਹੀ ਰਹਿ ਗਏ, ਕੁਛ ਨਹੀਂ ਹੈਗਾ, ਖਤਮ ਹੈ ਕੰਮ। ਬਸ ਹੌਸਲਾ ਰੱਖੋ ਮੇਰੇ ਵੀਰੋ, ਅੱਗੇ ਜਾਈ ਜਾਓ। ਬੋਰੀਆਂ ਲੈ ਕੇ ਗਿੱਲੀਆਂ, ਕੁਛ ਨਹੀਂ ਰਿਹਾ, ਉਰੇ ਇਕੱਠ ਨਾ ਕਰੋ, ਕੁਛ ਨਾ ਕਰੋ, ਅੱਗੇ ਗਿੱਲੀ ਬੋਰੀਆਂ ਲੈ ਕੇ ਜਾਈ ਜਾਓ, ਆਈ ਜਾਓ, ਜਾਈ ਜਾਓ, ਆਈ ਜਾਓ, 5 ਮਿੰਟ ਬਾਅਦ। ਮੇਰਾ ਨਾਮ ਕੀ ਆ ਤੁਹਾਡਾ? ਤੇਜਿੰਦਰ ਸਿੰਘ ਤੇਜੀ। ਕਿੱਥੋਂ ਤੁਸੀਂ ਕਿੱਥੋਂ ਆਏ ਹੋ? ਮੈਂ ਰਾਜਪੁਰੇ ਤੋਂ ਹੀ ਰਹਿਣ ਵਾਲਾ, ਪਿੰਡ ਪਲੇੜੀ। ਜੀ ਹਾਂ, ਰਾਜਪੁਰੇ ਤੋਂ ਪਲੇੜੀ ਤੋਂ ਰਹਿਣ ਵਾਲੇ ਨੌਜਵਾਨ ਨੇ, ਜਿਨ੍ਹਾਂ ਦੇ ਕਿ ਇਹਨਾਂ ਦਾ ਕਹਿਣਾ ਹੈ ਕਿ ਗੋਲੀਆਂ ਪਹਿਲਾਂ ਰਬੜ ਦੀਆਂ ਚਲਾਈਆਂ ਜਾ ਰਹੀਆਂ ਸੀ, ਵਿੱਚ ਕੁਝ ਹੋਰ ਅਸਲ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ, ਤਾਂ ਕੁਝ ਖੋਲ ਵੀ ਰੱਖੇ ਗਏ ਨੇ, ਤਾਂ ਨੌਜਵਾਨ ਲਗਾਤਾਰ ਜ਼ਖਮੀ ਵੀ ਹੋਏ ਨੇ। ਇੱਥੇ ਮਾਤਾਵਾਂ ਵੀ ਪਹੁੰਚੀਆਂ ਨੇ, ਉਹ ਵੀ ਇਸ ਸੰਘਰਸ਼ ਦੇ ਦੌਰਾਨ ਨਾਲ ਖੜੀਆਂ ਹੋਈਆਂ ਨੇ। ਮਾਤਾ ਜੀ ਕੀ ਕਹੋਗੇ? ਸਾਲਾਂ ਤੋਂ ਸਾਡਾ ਦੇਸ਼ ਆਜ਼ਾਦ ਹੈ, ਪਰ ਸਾਨੂੰ ਅੱਜ ਵੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਸਾਨੂੰ ਸਾਡੇ ਹੱਕਾਂ ਦੇ ਪਿੱਛੇ ਲੜਨ ਵਾਸਤੇ ਮਜਬੂਰ ਕਰਿਆ ਜਾ ਰਿਹਾ ਹੈ। ਜਿਹੜੇ ਸਾਡੇ ਆਪਣੇ ਹੱਕ ਬਣਦੇ ਨੇ ਉਹ ਵੀ ਸਾਨੂੰ ਸਰਕਾਰਾਂ ਸਾਨੂੰ ਦੇ ਨਹੀਂ ਰਹੀਆਂ। ਸੈਂਟਰ ਸਰਕਾਰ ਨੇ ਇਹ ਮਿਥਿਆ ਹੋਇਆ ਵੀ ਪੰਜਾਬ ਜਿਹੜਾ ਹੈਗਾ ਉਹ ਹਿੰਦੁਸਤਾਨ ਦਾ ਹੀ ਹਿੱਸਾ ਨਹੀਂ ਹੈਗਾ। ਇਸ ਹਿਸਾਬ ਨਾਲ ਇਹਨਾਂ ਨੇ ਸਾਡੇ ਬੱਚਿਆਂ 'ਤੇ ਤਸ਼ੱਦਦ ਕਰਨੇ ਸ਼ੁਰੂ ਕਰੇ ਹੋਏ ਆ। ਬਈ ਇਹਨਾਂ ਨੇ ਆਪਣੀ ਜੰਗ ਦਾ ਹਿੱਸਾ ਬਣਾ ਦੇਣਾ, ਤੁਸੀਂ ਅਨਦਰ ਦੇਸ਼ਾਂ ਨਾਲ ਫਿਰ ਕਿਵੇਂ ਲੜੋਗੇ ਜਦੋਂ ਤੁਸੀਂ ਆਪਣੇ ਹੀ ਨਾਗਰਿਕਾਂ ਨੂੰ ਬਗਾਨੇ ਵਾਲਾ ਅਹਿਸਾਸ ਕਰਾ ਰਹੇ ਹੋ? ਇਹ ਕੌਮ ਹੈ ਜਿਹੜੀ ਪੰਜਾਬ ਦੀ ਸਾਰੇ ਇੰਡੀਆ ਨੂੰ ਸਾਰੇ ਹਿੰਦੁਸਤਾਨ ਨੂੰ ਅੰਨ ਦਾ ਦਾਤਾ ਬਣ ਕੇ ਇਹ ਪੇਸ਼ ਹੋਈ ਹੈ। ਅੱਜ ਇਹਨਾਂ ਨਾਲ ਇਹ ਮਤਿਆਂ ਵਾਲਾ ਸਲੂਕ ਕਰ ਰਹੇ ਹੈ। ਅਸੀਂ ਆਪਣੇ ਆਪ ਨੂੰ ਗੁਲਾਮੀ ਦਾ ਅਹਿਸਾਸ ਸਾਨੂੰ ਕਰਾ ਰਹੀ ਹੈ ਇਹ ਸੈਂਟਰ ਸਰਕਾਰ ਹੈ ਜਿਹੜੀ, ਔਰ ਇਹ ਬਹੁਤ ਧੱਕਾ ਕਰ ਰਹੀ ਹੈ ਸਾਡੇ ਨਾਲ। ਸਾਡੇ ਪਿੱਛੇ ਪਹਿਲਾਂ ਵੀ 4-3 ਸਾਲ ਪਹਿਲਾਂ ਵੀ ਇਹਨਾਂ ਨੇ ਇਹੀ ਉਹ ਕਰਿਆ, ਉੱਥੇ 1.5 ਸਾਲ ਇਹ ਕਰਕੇ ਆਏ ਹੈ, ਧਰਨੇ ਦੇਖੇ ਆ। ਅੱਜ ਫਿਰ ਅਸੀਂ ਆਪਣੇ ਹੱਕਾਂ ਵਾਸਤੇ ਮਜਬੂਰ ਹੋਏ ਪਏ ਹਾਂ। ਬਈ ਸਾਨੂੰ ਘਰ ਛੱਡ ਛੱਡ ਕੇ ਬੱਚਿਆਂ ਨੂੰ ਸੜਕਾਂ 'ਤੇ ਤੋਰਨਾ ਪੈ ਰਿਹਾ ਹੈ, ਸਾਡੇ ਕੰਮ ਛੱਡ ਕੇ ਸਾਰਾ ਸਾਨੂੰ ਸੜਕਾਂ 'ਤੇ ਤੋਰਨਾ ਪੈ ਰਿਹਾ। ਇਹ ਕੋਈ ਆਜ਼ਾਦ ਦੇਸ਼ ਦੀ ਕੋਈ ਹਕੂਮਤ ਇਸ ਤਰ੍ਹਾਂ ਨਹੀਂ ਕਰਦੀ ਹੈ, ਸਾਨੂੰ ਗੁਲਾਮੀ ਦਾ ਪੈਰ ਪੈਰ 'ਤੇ ਅਹਿਸਾਸ ਕਰਾਇਆ ਜਾਂਦਾ। 13 ਮਹੀਨੇ ਪਹਿਲਾਂ ਵੀ ਬਾਰਡਰਾਂ 'ਤੇ ਬੈਠੇ ਰਹੇ, ਜਿੱਤ ਕੇ ਆਏ, ਖੇਤੀ ਕਾਨੂੰਨ ਵਾਪਸ ਕਰਕੇ ਆਏ, ਉਦੋਂ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀ ਜਦੋਂ ਦਿੱਲੀ ਚਾਲੇ ਪਾਏ।
ਸੀ ਅੱਜ ਦਾ ਜਿਹੜਾ ਹੈਗਾ ਆ ਉਸ ਨੂੰ ਤੁਸੀਂ ਕੀ ਦੇਖਦੇ ਹੋ ਅੱਗੋਂ ਪਾਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਔਰ ਬੈਰੀਕੇਡ ਲਗਾਏ ਗਏ ਨੇ ਤੋ ਉਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਸਾਨੂੰ ਪੂਰੀ ਤਰ੍ਹਾਂ ਨਾਲ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਸਾਨੂੰ ਇਹ ਦੱਸਿਆ ਜਾ ਰਿਹਾ ਵੀ ਤੁਸੀਂ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਹੈਗੇ ਇਹ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਜਦ ਕਿ ਅਸੀਂ ਸਾਰੇ ਹਿੰਦੁਸਤਾਨ ਦਾ ਪੇਟ ਪਾਲਣ ਵਾਲੀ ਕੌਮ ਹੈ ਔਰ ਇਹ ਅਣਥੱਕ ਕੌਮ ਹੈ ਔਰ ਇਹ ਲੜਨ ਵਾਲੀ ਕੌਮ ਹੈ ਇਹਨੇ ਪਹਿਲਾਂ ਵੀ ਆਪਣੇ ਜੰਗਾਂ ਦੇ ਥਰੂ ਹੀ ਹਿੱਸੇ ਲਏ ਆ ਆਪਣੇ ਹੱਕ ਲਏ ਆ ਔਰ ਹੁਣ ਵੀ ਇਹ ਜੁਝਾਰੂ ਕੌਮ ਹੈ ਆਪਣੇ ਹੱਕ ਲੈ ਕੇ ਹੀ ਮੁੜੂਗੀ ਇਹ ਕੋਈ ਮਾੜੀ ਮੋਟੀ ਕੌਮ ਨਹੀਂ ਇਹ ਕਾਲਪੁਰਖ ਦੀ ਸਾਜੀ ਹੋਈ ਕੌਮ ਹੈ ਇਹਨੂੰ ਹਾਰਨਾ ਨਹੀਂ ਆਉਂਦਾ ਹੈਗਾ ਇਹ ਜਿੱਤ ਕੇ ਆਉਂਦੇ ਨੇ ਸਿਰ ਨੰਗ ਉਤਰ ਜਾਣ ਕੋਈ ਸਾਡੇ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਪਰ ਸਾਨੂੰ ਸਾਡੇ ਹੱਕ ਲੈਣੇ ਆਉਂਦੇ ਆ ਔਰ ਅਸੀਂ ਉਹ ਲੈ ਕੇ ਮੁੜਾਂਗੇ ਅੱਗੇ ਵੀ ਅਸੀਂ ਸਿਰਾਂ ਨਾਲ ਹੀ ਲੜਾਈਆਂ ਜਿੱਤੀਆਂ ਨੇ ਇਹਨਾਂ ਨੇ ਸਾਨੂੰ ਮਾਰਨਾ ਹੀ ਤਕਾਇਆ ਹੋਇਆ ਪਰ ਇਹ ਕੌਮ ਐਸੀ ਹੈ ਇਹ ਅਣਥੱਕ ਯੋਧੇ ਨੇ ਇਹ ਝੁਕਣ ਵਾਲੇ ਨਹੀਂ ਹੈਗੇ ਜੀ ਹਾਂ ਬਿਲਕੁਲ ਇੱਥੇ ਜਿਹੜੀਆਂ ਨੇ ਮਾਤਾਵਾਂ ਵੀ ਪਹੁੰਚੀਆਂ ਹੋਈਆਂ ਨੇ ਨੌਜਵਾਨ ਜਿੱਥੇ ਅੱਗੇ ਜਿਹੜੇ ਹੈਗੇ ਬੈਰੀਕੇਡ ਤੋੜ ਕੇ ਲੜਾਈ ਲੜ ਰਹੇ ਨੇ ਉੱਥੇ ਮਾਤਾਵਾਂ ਵੀ ਜਿਹੜੀਆਂ ਨੇ ਉਹ ਹੌਸਲਾ ਅਫਜ਼ਾਈ ਕਰਨ ਲਈ ਪਹੁੰਚ ਰਹੀਆਂ ਉਹਨਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਵੀ लड़ाई लड़ी है तो हुण वे जित के वापस आवांगे किसान अंदोलन दी सो ये तस्वीरां जिहड़ियां ने किसान अंदोलन दी तुहानूं दिखा रहे हैं कि अज जिहड़ी पिछली वार दी सी उस दे नालों कितनी क तैयारी की गई है तो अगों किस तरह के जिहड़े ने रिएक्शन जिहड़ा हैगा पैरामिलिट्री फोर्सेज ला के गोले भराए जा रहे ने ताकि किसान अगे ना जान पर हौसले इस कदर बुलंद ने नौजवान जड़े अगे पहुँचे ने कहना है कि हुण थोड़ा कम रह गया है अगे वधन दे लई चाहे जिन्ना मर्जी समा लगे दिल्ली जाके रहनगे ते अपने हक लैके रहनगे चढ़दी कला टाइम टीवी लई मैं नील कमल अपने सहयोगी सतीश कुमार सीकरी दे नाल शंभूवर।